ਗੁਰੂ ਰੂਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹਲੈਰੀਅਨ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ ਆ ਉਸ ਦਾ ਦੂਸਰਾ ਤੇ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਇੱਕ ਵੇਰੀ ਚੋਰ ਆਪਦੀ ਗੁਫਾ ਵਿੱਚ ਆ ਗਏ ਉਹਨਾਂ ਨੂੰ ਪਤਾ ਸੀ ਕਿ ਫਕੀਰ ਪਾਸ ਕੋਈ ਮਾਲ ਨਹੀਂ ਪਰ ਭੈੜੇ ਲੋਕ ਐਵੇਂ ਇੱਕ ਸਾਧ ਨੂੰ ਤੰਗ ਕਰਨ ਵਿੱਚ ਆਪਣੀ ਖੁਸ਼ੀ ਮਨਾਣ ਆਏ ਪਰ ਕੁਛ ਐਸਾ ਪਾਣਾ ਵਰਤਿਆ ਕਿ ਭਾਵੇਂ ਉਹਨਾਂ ਨੂੰ ਉਹ ਥਾਂ ਪਲੀ ਪ੍ਰਕਾਰ ਪਤਾ ਸੀ ਤਾਂ ਵੀ ਸਾਰੀ ਰਾਤ ਘੁੰਮਦੇ ਰਹੇ ਉਹਨਾਂ ਨੂੰ ਗੁਫਾ ਤੱਕ ਅਪੜਨ ਦਾ ਰਾਹ ਹੀ ਨਾ ਲੱਭਾ ਤੇ ਜਦ ਪਉ ਫਟਾਲਾ ਹੋਇਆ ਉਹ ਅਪੜੇ ਤਦ ਸਾਦ ਸ਼ਾਂਤ ਬੈਠਾ ਸੀ ਤੇ ਸਰੂਡ ਦੀਆਂ ਟੋਕਰੀਆਂ ਬਣਾ ਰਿਹਾ ਸੀ ਚੋਰ ਕਹਿਣ ਲੱਗੇ ਕਿਉਂ ਭਾਈ ਸਜਨਾ ਤੂੰ ਕੀ ਕਰੇ ਜੋ ਚੋਰ ਤੈਨੂੰ ਵੱਡਣ ਆਜਣ ਭਾਈ ਮੈਂ ਨਿਰਦਨ ਹਾਂ ਮੈਨੂੰ ਉਹਨਾਂ ਪਾਸੋਂ ਕੀ ਖਤਰਾ ਹੋ ਸਕਦਾ ਹੈ ਪਰ ਚੋਰ ਤੈਨੂੰ ਇਸ ਗੁੱਸੇ ਵਿੱਚ ਹੀ ਜੇ ਮਾਰ ਦੇਣ ਕਿ ਉਹਨਾਂ ਨੂੰ ਤੇਰੀ ਥਾਂ ਕੁਝ ਨਹੀਂ ਲੱਭਾ ਤੇ ਵਿਅਰਥ ਉਹਨਾਂ ਦੀ ਮਿਹਨਤ ਗਈ ਹਾਂ ਮਾਰ ਸਟਨ ਪਰ ਫਿਰ ਵੀ ਮੈਨੂੰ ਕੀ ਡਰ ਮੈਂ ਤਾਂ ਚਿਰੋਕਾ ਮਾਰੀ ਚੁੱਕਾ ਹਾਂ ਇਸ ਅਖੰਡ ਸਤੋਗੁਣੀ ਸ਼ਾਂਤੀ ਦਾ ਐਸਾ ਪ੍ਰਭਾਵ ਉਹਨਾਂ ਭੈੜਿਆਂ ਲੋਕਾਂ ਪਰ ਪਿਆ ਕਿ ਉਹ ਆਪਣੇ ਕੀਤੇ ਤੇ ਪਛਤਾਏ ਤੇ ਜੀਵਨ ਨੂੰ ਸਿੱਧੇ ਰਾਹ ਉਸ ਘੜੀ ਠੀਂ ਲਾਟ ਰਿਹਾ ਨਹੀਂ ਤਾਂ ਹੋਰ ਕਿਸੇ ਕਦੀ ਹਿਲੈਰੀਅਨ ਨੂੰ ਨਹੀਂ ਸਤਾਇਆ ਸੀ ਉਹ ਆਪਣੇ ਸਿਮਰਨ ਵਿੱਚ ਸਦਾ ਮਗਨ ਸਦਾ ਅਰਦਾਸ ਵਿੱਚ ਡੁੱਬਿਆ ਰਹਿੰਦਾ ਸੀ ਸਾਰੀ ਅੰਜੀਲ ਕੰਢ ਸੀ ਤੇ ਇਉਂ ਹੌਲੇ-ਹੌਲੇ ਤੇ ਸਵਾਦ ਨਾਲ ਪਾਠ ਕਰਦਾ ਸੀ ਜਿਵੇਂ ਆਪਣੇ ਰਬ ਨੂੰ ਸੁਣਾ ਰਿਹਾ ਹੁੰਦਾ ਹੈ ਪਰ ਤੀ ਤੋਂਦਾ ਸੀ ਕਿ ਉਸ ਦੇ ਪਾਸ ਕੋਈ ਬੈਠਾ ਹੈ। ਇਉ 22 ਸਾਲ ਰੱਬ ਦੇ ਮਿਲਣ ਦੀ ਕਾਂਖਾ ਕਰਦੇ ਲੰਗੇ। ਇੱਕ ਵਾਰੀ ਪੈਲੇਸਟਾਈਨ ਦੇ ਸ਼ਹਿਰ ਐਲੀਓਥੈਰੋਪਲਿਸ ਦੀ ਇੱਕ ਸੁਆਣੀ ਆਈ ਤੇ ਆਈ ਸਾਧ ਦੀ ਅਰਦਾਸ ਦੇ ਅਸਰ ਨੂੰ ਲੋਚਦੀ। ਹਿਲੈਰੀਅਨ ਇਹੋ ਜੇ ਆਉਣ ਵਾਲੇ ਲੋਕਾਂ ਪਾਸੋਂ ਬੜਾ ਕਬਰਾਂਦਾ ਸੀ। ਤੇ ਉਹਨਾਂ ਨਾਲ ਕੋਈ ਸਰੋਕਾਰ ਨਹੀਂ ਸੀ ਰੱਖਦਾ। ਔਰ ਇਸ ਸਵਾਨੀ ਆਣਤਾ ਚਰਨਾ ਤੇ ਡਿੱਗੀ ਤੇ ਇਸ ਨੰਮਰਤਾ ਤੇ ਤੀਖਣ ਦਰਦ ਨਾਲ ਅਰਦਾਸਨਾ ਤੇ ਯਾਚਨਾ ਕੀਤੀ ਕਿ ਹਲੈਰੀਅਨ ਮੋੜ ਨਾ ਸਕਿਆ ਮੈਂ ਜਨਾਨੀ ਹੀ ਸਹੀ ਪਰ ਮੈਨੂੰ ਦੁਖੀ ਜਾਣ ਮੇਰੇ ਪਰ ਤਰਸ ਕਰ ਮੇਰੇ ਦੁੱਖ ਨੂੰ ਆਪਣੇ ਰੱਬ ਅਗੇ ਅਰਦਾਸ ਕਰਕੇ ਦੂਰ ਕਰ हे ਪਿਤਾ ਮੇਰਾ ਆਪਣੇ ਪਾਸ ਆਣ ਦਾ ਹਿਆ ਕਰਨਾ ਬਖਸ਼ ਮੈਂ ਭੁੱਲੀ ਪਰ ਮੈਂ ਅਤ ਦੁਖੀ ਹਾਂ ਮਿਹਰ ਕਰ ਬੜਾ ਦਇਆ ਨਾਲ ਹਿਲੇਰੀਅਨ ਪੁੱਛਦਾ ਹੈ ਆਪ ਨੂੰ ਕੀ ਦੁੱਖ ਹੈ 15 ਸਾਲ ਵਿਆਇਆ ਹੋਏ ਹਨ ਤੇ ਹੁਣ ਤੱਕ ਅਫਲ ਹਾਂ ਮੈਨੂੰ ਕੋਈ ਫਲ ਲਾ ਹਿਲੇਰੀਅਨ ਨੇ ਉਹਨੂੰ ਢਾਰਸ ਦਿੱਤੀ ਤੇ ਆਖਿਆ ਕਿ ਇੱਕ ਕੰਗਾਲ ਅਕਲ ਵਿੱਚ ਰਹਿੰਦੇ ਨਿਮਾਣੇ ਦੀ ਅਰਦਾਸ ਉੱਪਰ ਕੀ ਭਰੋਸਾ ਰੱਖਣਾ ਹੈ ਉਸ ਰੱਬ ਉੱਪਰ ਟੇਕ ਰੱਖ ਸੁਖੀ ਹੋ ਜਾਸੇ ਪਵਿੱਤਰ ਰੂਹਾਂ ਦੀ ਛਾਇਆ ਘਣੀ ਹੁੰਦੀ ਹੈ ਤੱਤੇ ਸੜਿਓਏ ਰੂਹ ਠੰਡ ਪਾਉਂਦੇ ਹਨ ਸਤੋਗੁਣ ਦੀ ਸ਼ਾਂਤੀ ਰੂਹ ਨੂੰ ਹਲਕਾ ਕਰਦੀ ਹੈ ਹਿਲੈਰੀਅਨ ਨੂੰ ਮਿਲ ਕੇ ਉਹ ਸੁਆਣੀ ਸੁਖੀ ਹੋਈ ਰੱਬ ਨੇ ਉਹਨੂੰ ਇੱਕ ਬੱਚਾ ਵੀ ਦਿੱਤਾ ਇਸੇ ਤਰ੍ਹਾਂ ਇੱਕ ਵਾਰੀ ਇੱਕ ਹੋਰ ਇਸਥੀ ਵੀ ਵੱਧ ਦੁਖੀ ਸੁਆਣੀ ਹਿਲੈਰੀਅਨ ਪਾਸ ਆਈ ਇਹ ਸੁਆਣੀ ਪੈਲੇਸਟਾਈਨ ਦੇ ਗਵਰਨਰ ਦੀ ਧੀ ਸੀ ਇਹਦਾ ਨਾਮ ਅਰਸੀਤੀ ਨੇਤਾ ਸੀ ਉਹ ਸਵਾਨੀ ਆਪਣੇ ਪਤੀ ਤੇ ਤਰੇ ਪੁੱਤਰਾਂ ਸਮੇਤ ਸੈਂਟ ਐਂਟਨੀ ਦੇ ਦਰਸ਼ਨ ਨੂੰ ਮਿਸਰ ਦੇ ਯਾਤਰੇ ਆਈ ਸੀ ਤੇ ਵਾਪਸੀ ਦੇ ਸਫਰ ਵਿੱਚ ਗਾਜਾ ਪੜ ਕੇ ਅਰਸੀਤੀ ਨੇਤਾ ਦੇ ਤਰੇ ਬੱਚੇ ਐਸੀ ਹੌਲਨਾਕ ਬੁਖਾਰ ਨਾਲ ਬਿਮਾਰ ਹੋਏ ਕਿ ਬਚਣ ਦੀ ਕੋਈ ਆਸ ਨਾ ਰਹੀ ਹਕੀਮ ਸਭ ਤਰ੍ਹਾਂ ਦੇ ਹਾਜ਼ਰ ਸਨ ਮਾਬਾਪ ਸੇਵਾ ਵਿੱਚ ਲੱਗੇ ਸਨ ਔਰ ਉਮੀਦ ਬਚਣ ਦੀ ਨਹੀਂ ਰਹੀ ਸੀ ਇੱਕ ਲੌਂਡੀ ਨੇ ਕਿਹਾ ਸੁਆਣੀ ਜੀ ਜਾਓ ਨਾ ਉਥੇ ਇੱਕ ਸਾਧ ਰਬ ਦਾ ਫਕੀਰ ਰਹਿੰਦਾ ਹੈ ਉਸ ਦੀ ਮਿੰਨਤ ਕਰੋ ਰਬ ਉਹਦੀ ਅਰਦਾਸ ਸੁਣਨ ਵਿੱਚ ਬੜਾ ਖੁਸ਼ੀ ਹੁੰਦਾ ਹੈ ਉਹਦਾ ਨਾਮ ਹੈ ਲੈਰੀਅਨ ਜੀ ਸੁਆਣੀ ਜੀ ਜਾਓ ਨਾ ਅਰਸੀਤੀ ਨੇ ਤਾਂ ਉਠੀ ਪਤੀ થી ਆ ਗਿਆ ਲਈ ਤੇ ਕੁਝ ਨੌਕਰ ਨਾਲ ਲਈ ਗਈ ਤਾਈ ਗਈ ਗਈ ਸਾਧ ਹਿਲੈਰੀਅਨ ਦੇ ਪਾਸ ਤੇ ਪਹੁੰਚਦੇ ਸਾਰੀ ਚੀਖ ਕੇ ਕਿਆ ਉਹ ਰੱਬ ਦਾ ਵਾਸਤਾ ਹੀ ਪਿਆਰਿਆ ਉਹ ਈਸਾ ਦਾ ਵਾਸਤਾ ਹੀ ਗਾਜ਼ੇ ਚਲ ਤੇ ਮੇਰੇ ਬੱਚਿਆਂ ਨੂੰ ਮੌਤ થી ਬਚਾਈ ਉਹ ਬਚਾਈ ਵੀਰਾ ਉਹ ਬਚਾਈ ਰੱਬ ਦੇ ਪਿਆਰਿਆ ਹਿਲੈਰੀਅਨ ਨੇ ਕਿਹਾ ਮਾਈ ਅਸੀਂ ਸ਼ਹਿਰਾਂ ਵਿੱਚ ਕਦੀ ਨਹੀਂ ਗਏ ਸਾਨੂੰ ਮਾਫ ਕਰ ਮੈਂ ਤਾਂ ਨਿੱਕੇ ਕਸਬਿਆਂ ਵਿੱਚ ਜਾ ਕੇ ਵੀ ਉਹਨਾਂ ਦਾ ਭਾਰ ਨਹੀਂ ਸਹਾਰ ਸਕਦਾ ਗੋਜ਼ੇ ਜਾ ਕੇ ਆਪ ਰੂ ਕੋਣ ਕੋਹੇ ਉਥੇ ਤਾਂ ਬੁੱਤ پرست ਤੇ ਕਈ ਖਟ ਰਾਗ ਹਨ ਉਥੇ ਜਾ ਕੇ ਸਾਤ ਤਾਂ ਜੀ ਨਹੀਂ ਸਕਦਾ ਇਹ ਸੁਣ ਕੇ ਅਰਸੀਤੀ ਨੇ ਤਾਂ ਤਾਂ ਚਰਨਾ ਵਿੱਚ ਡਿੱਗੀ ਤੇ ਅਰਜ਼ ਕੀਤੀ ਸਾਈਂ ਜੀ ਕਾਫਰਾਂ ਦੇ ਸ਼ਹਿਰ ਤਾਂ ਜ਼ਰੂਰ ਚੱਲੋ ਤੇ ਆਪਣੇ ਈਸਾ ਜੀ ਦੇ ਨਾਮ ਦਾ ਚੰਨ ਚੜਾ ਕੇ ਬੁੱਤਾਂ ਤੇ ਮੂਹਾਂ ਨੂੰ ਸ਼ਰਮ ਨਾਲ ਪੀਲਾ ਕਰੋ। ਹਿਲੈਰੀਅਨ ਦੀ ਨਿਰਮਾਣਤਾ ਤਦ ਵੀ ਇਨਕਾਰ ਕਰਦੀ ਰਹੀ। ਨਹੀਂ ਮਾਈ ਸਾਡਾ ਸ਼ਹਿਰਾਂ ਵਿੱਚ ਜਾਣਾ ਔਖਾ ਹੈ। ਪਰ ਅਰਸੀਤੀ ਨੇਤਾ ਜਾਣ ਨੂੰ ਭਾਰ ਮੰਗਦੀ ਰਹੀ। ਈਸਾ ਵਾਸਤੇ ਚੱਲੋ, ਮੇਰੇ ਬੱਚਿਆਂ ਨੂੰ ਰਾਜ਼ੀ ਕਰੋ। ਤੇ ਉਹ ਰਾਣੀ ਇਹਨੇ ਦਰਦ ਨਾਲ ਰੋਂਦੀ ਰਹੀ। ਕਿ ਉਹ ਦੀਆਂ ਕੋਲ ਖੜੇ ਨੌਕਰ ਤੇ ਨੌਕਰਾਨੀਆਂ ਫੁੱਟ ਫੁੱਟ ਰੋ ਪਈਆਂ ਇੱਕ ਚੀਕ ਚਿਹੜਾ ਦਰਦ ਭਰਿਆ ਮਚ ਗਿਆ ਹਲੇਰੀਆਂ ਨੂੰ ਇਹ ਦੇਖ ਤਰਸ ਆਇਆ ਅੱਛਾ ਮਾਈ ਜਾ ਮੈਂ ਸ਼ਾਮਾਂ ਵੇਲੇ ਆਵਾਂਗਾ ਆਪ ਗਏ ਅਰ ਆਪ ਦੀ ਨਦਰ ਨਾਲ ਤਿੰਨੇ ਬੱਚੇ ਨਵੇਂ ਨਿਰੋਏ ਹੋ ਗਏ ਉਹਨਾਂ ਨੇ ਮੁੜ ਅੱਖ ਖੋਲੀ ਮਾਪੇ ਨੂੰ ਪਛਾਤਾਤਾ ਤੇ ਉਹਨਾਂ ਬੱਚਿਆਂ ਨੇ ਹਿਲੈਰੀਅਨ ਦੇ ਹੱਥ ਚੁੰਮੇ ਤੇ ਬੱਚਿਆਂ ਵਾਂਗ ਆਖਿਆ ਭੁੱਖ ਲੱਗੀ ਹੈ ਕੁਝ ਖਾਣ ਨੂੰ ਦਿਓ ਨਾ ਇਉ ਹਿਲੈਰੀਅਨ ਦੀ ਖੁਸ਼ਬੂ ਫੈਲੀ ਕਾਫਰ ਆਏ ਦਰਸ਼ਨ ਕਰਕੇ ਈਸਾਈ ਹੋ ਗਏ ਤੇ ਈਸਾਈ ਆਏ ਜਿਹੜੇ ਦਰਸ਼ਨ ਕਰਕੇ ਮੁੜ ਦੁਨੀਆਂ ਵੱਲ ਉਹਨਾਂ ਮੁੱਖ ਨਾ ਕੀਤੇ ਜਰੋਮ ਯਾਨੀ ਸੈਂਟ ਜਰੋਮ ਨੇ ਜਿਸ ਨੇ ਹਿਲোরੀਅਨ ਦਾ ਜੀਵਨ ਚਰਿੱਤਰ ਲਿਖਿਆ ਹੈ ਲਿਖਦਾ ਹੈ ਸਾਡੇ ਮਾਲਕ ਈਸਾਨ ਨੇ ਮਿਸਰ ਵਿੱਚ ਐਂਟਨੀ ਨੂੰ ਤੇ ਪੈਲੇਸਟੀਨ ਵਿੱਚ ਹਿਲੈਰੀਅਨ ਨੂੰ ਆਪਣਾ ਕੀਤਾ ਜਦ ਬਿਮਾਰ ਤੇ ਦੁਖੀ ਬੰਦੇ ਐਂਟਨੀ ਪਾਸ ਜਾਂਦੇ ਸਨ ਤਾਂ ਉਹ ਫਰਮਾਉਂਦੇ ਸਨ ਤੁਸੀਂ ਮੇਰੇ ਬੱਚੇ ਹਿਲੈਰੀਅਨ ਪਾਸ ਕਿਉਂ ਨਹੀਂ ਜਾਂਦੇ ਉਹ ਮੇਰੀ ਥੀਮਵਦ ਤੁ ਸਾਡੀ ਮਦਦ ਕਰ ਸਕਦਾ ਹੈ ਹਿਲਰੀਅਨ ਸਭ ਈਸਾਈ ਸਿੱਧਕ ਵਾਲੀਆਂ ਸੰਗਤਾਂ ਦਾ ਆਤਮਿਕ ਪਿਤਾ ਸੀ ਉਹ ਇਹ ਉਪਦੇਸ਼ ਦਿੰਦਾ ਸੀ ਸਭ ਦੁਨੀਆਂ ਦੇ ਸੁੱਖ ਨਾਸ਼ਵੰਤ ਹਨ ਤੇ ਇਸ ਸਰੀਰ ਵਿੱਚੋਂ ਅਟਲ ਪਿਆਰ ਨੂੰ ਲੋਚੋ ਹਿਲਰੀਅਨ ਰੱਬ ਦੇ ਆਸਰੇ ਰਹਿੰਦਾ ਸੀ ਤੇ ਉਹ ਲੋਕੀ ਉਹਨੂੰ ਖਿਜਾਂਦੇ ਸਨ ਜਿਹੜੇ ਇਹ ਸੋਚਦੇ ਹਨ ਕਿ ਕੀ ਖਾਵਾਂਗੇ ਕੀ ਪੀਵਾਂਗੇ ਕਿੱਥੇ ਰਹਾਂਗੇ ਹਿਲਰੀਅਨ ਨੇ ਇੱਕ ਵਾਰੀ ਇੱਕ ਸਾਧ ਨੂੰ ਪੰਗਤ ਵਿੱਚੋਂ ਕੱਢ ਦਿੱਤਾ ਸੀ ਜਿਸ ਆਪਣੀ ਕਿਰਤ ਵਿੱਚੋਂ ਕੁਛ ਇਸ ਗੱਲ ਲਈ ਰੱਖ ਛੱਡਿਆ ਸੀ ਕਿ ਕੱਲ ਕੰਮ ਆਸੀ ਤੇ ਇਸ ਸਾਧ ਪਾਸ ਕੁਛ ਨਕਦੀ ਵੀ ਜਮਾ ਨਿਕਲੀ ਸੀ ਇਹ ਪਤੇ ਕੀਤਾ ਗਿਆ ਸਾਧ ਬੜੀ ਚਾਹਨਾ ਰੱਖਦਾ ਸੀ ਕਿ ਕਿਸੇ ਤਰ੍ਹਾਂ ਹਿਲਰੀਅਨ ਉਸ ਉੱਪਰ ਫਿਰ ਰਾਜ਼ੀ ਹੋਵੇ ਹਿਸੀਚੀਅਸ ਹਿਲਰੀਅਨ ਦਾ ਇੱਕ ਚਾਹਤਾ ਚੇਲਾ ਸੀ ਤੇ ਉਸ ਦੀ ਰਾਹੀ ਉਹ ਹਿਲੈਰੀਅਨ ਨੂੰ ਮੁੜ ਰਾਜ਼ੀ ਕਰਨ ਦੀ ਕਾਂਖਾ ਵਿੱਚ ਸੀ ਆਪਣੇ ਬਾਗ ਵਿੱਚੋਂ ਲੁਸਦੇ ਨਵੇਂ ਉਸ ਬਹਾਰ ਦੇ ਪਹਿਲੇ ਫਲ ਸਾਵੇ ਕਚੂਚ ਮਟਰ ਗ੍ਰੀਨ ਪੀਜ਼ ਇੱਕ ਪੰਛੀ ਵਿੱਚ ਪਾਏ ਹਿਸੀਚੀਅਸ ਨੂੰ ਭੇਟ ਕੀਤੇ ਹਿਸੀਚੀਅਸ ਨੇ ਸ਼ਾਮ ਵੇਲੇ ਹਿਲੈਰੀਅਨ ਦੇ ਪੇਸ਼ ਕੀਤੇ ਦੱਸਿਆ ਨਹੀਂ ਕਿਥੋਂ ਆਏ ਤੇ ਕਿਸ ਭੇਜੇ ਹਿਲੈਰੀਅਨ ਨੇ ਨੱਕ ਚੜਾਇਆ ਹੱਥਾਂ ਨਾਲ ਪਛੀ ਪਰੇ ਕਰ ਦਿੱਤੀ ਦੇਖ ਨਾ ਇਹਨਾਂ ਮਟਰਾਂ ਵਿੱਚੋਂ ਲਾਲਚ ਦੀ ਬਹੁ ਆਉਂਦੀ ਹੈ ਤੇ ਫਿਰ ਹਿਲੈਰੀਅਨ ਨੇ ਪੁੱਛਿਆ ਕਿਸ ਆਂਦੇ ਹਨ ਹਿਸੀਚੀਅਸ ਨੇ ਉਸ ਸਾਧ ਦਾ ਨਾਂ ਲਿਆ ਮੈਂ ਕੀ ਜਰਾ ਜਾਓ ਬੈਲਾਂ ਦੀ ਖੁਰਲੀ ਵਿੱਚ ਰੱਖ ਕੇ ਦੇਖੋ ਤੁਸੀਂ ਦੇਖੋਗੇ ਕਿ ਉਹ ਹੈਵਾਨ ਵੀ ਇਹਨਾਂ ਨੂੰ ਅੰਗੀਕਾਰ ਨਹੀਂ ਕਰਨਗੇ ਇੱਕ ਵੇਰੀ ਇੱਕ ਪਾਗਲ ਨੌਜਵਾਨ ਨੂੰ ਹਿਲਰੀਅਨ ਨੇ ਰਾਜ਼ੀ ਕੀਤਾ ਤੇ ਉਹ ਨੌਜਵਾਨ 10 ਮੋਹਰਾਂ ਸੋਨੇ ਦੀਆਂ ਭੇਟਾਂ ਕਰਨ ਲੱਗਾ ਹਿਲਰੀਅਨ ਨੇ ਉਹਨੂੰ ਆਪਣੀ ਜौं ਦੀ ਰੋਟੀ ਦਾ ਟੁਕੜਾ ਦੱਸਿਆ ਤੇ ਕਿਹਾ ਉਹ ਜਿਹੜਾ ਇਸ ਭੋਰੇ ਉੱਪਰ ਗੁਜ਼ਾਰਾਂ ਕਰਦਾ ਹੈ ਉਹਨੂੰ ਮਿੱਟੀ ਔਰ ਸੋਨਾ ਬਰਾਬਰ ਹਨ ਇਉਂ ਜਵਾਨੀ ਇਕਾਂਤ ਵਿੱਚ guzari ਤੇ ਬਢੇਰੀ ਉਮਰ ਸਾਦਾ ਦੇ ਝੁੰਡਾਂ ਵਿੱਚ ਫਿਰਦੇ ਆਂ ਤੇ ਉਪਦੇਸ਼ ਕਰਦੇ ਆਂ ਲੰਗਾਈ ਇੱਕ ਦਫਾ ਮੁਲਕ ਵਿੱਚ ਬਰਖਾ ਨਾ ਹੋਈ ਓਖੇ ਨਰ ਨਾਰੀ ਬੱਚੇ ਕੁਰਲਾਂਦੇ ਹਿਲੈਰੀਅਨ ਪਾਸ ਗਏ ਉਹ ਐਂਟਨੀ ਦੇ ਸੁਪੁੱਤਰਾ ਅਰਦਾਸ ਕਰ بارش ਵਸੇ ਮੁਲਕ ਮਰ ਰਿਹਾ ਹੈ ਹਿਲੈਰੀਅਨ ਨੇ ਅਰਦਾਸ ਕੀਤੀ ਮੀ ਉਸੇ ਵੇਲੇ ਪਿਆ ਆਖਰ ਹਿਲੈਰੀਅਨ ਦੇ ਬਿਰਧ ਸਰੀਰ ਵਿੱਚ ਕੁਝ ਬਾਕੀ ਨਹੀਂ ਸੀ ਆਪ ਦੇ ਨਾਂ ਜਿੰਦੇ ਸਨ ਜਾਂ ਆਪ ਦੇ ਕੰਨ ਵਿੱਚ ਬਾਣੀ ਔਰ ਸਭ ਸਰੀਰ ਮਰ ਚੁੱਕਾ ਸੀ ਆਖਰਲੇ ਆਪ ਦੇ ਵਚਨ ਸਨ ਉਹ ਮੇਰੇ ਜੀ ਉਠ ਉੱਡ ਮੌਤ થી ਡਰ ਨਾ 80 ਸਾਲ ਜਿਸ ਮਾਲਕ ਦੀ ਸੇਵਾ ਕੀਤੀ ਤੇ ਹੁਣ ਮੌਤ ਦਾ ਡਰ ਉੱਡ ਗਿਆ ਚੱਲ ਪਾਸ ਗਿਆ ਖੁਸ਼ੀ ਖੁਸ਼ੀ ਨੋ ਉਬਰ ਨੋ ਫਿਰ ਸ਼ਾਂਤੀ ਅਕਹਿ ਅਰਸ਼ੀ ਸੋਹਜ ਆਪ ਦੇ ਚਿਹਰੇ ਤੇ ਚਮਕਿਆ ਤੇ ਹਿਲੈਰੀਨ ਨੇ ਸ਼ਰੀਰ ਤਿਆਗ ਦਿੱਤਾ ਇਹ ਉਹ ਸੀ ਜਿਹਨੂੰ ਰੱਬ ਨੇ ਜਵਾਨੀ ਵਿੱਚ ਆਣ ਆਖਿਆ ਸੀ ਤੂੰ ਮੇਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ